ਫਰੀਦਕੋਟ ਵਿੱਚ ਕਰਜ਼ੇ 'ਚ ਡੁੱਬੇ ਹੋਏ ਪੰਜਾਬ ਦੇ ਇੱਕ ਹੋਰ ਕਿਸਾਨ ਨੇ ਗੱਡੀ ਥੱਲੇ ਆ ਕੇ ਮੌਤ ਨੂੰ ਗਲੇ ਲਗਾ ਲਿਆ। ਜਾਣਕਾਰੀ ਮੁਤਾਬਿਕ ਮ੍ਰਿਤਕ ਕਿਸਾਨ ਦੀ ਪਛਾਣ ਗੁਰਬਾਜ਼ ਸਿੰਘ ਵਾਸੀ ਪਿੰਡ ਘੁੱਗੀਆਣਾ ਦੇ ਰੂਪ 'ਚ ਕੀਤੀ ਗਈ ਹੈ। ਗੁਰਬਾਜ਼ ਸਿੰਘ ਨੇ ਸਵੇਰੇ ਦੇ ਸਮੇਂ ਟ੍ਰੇਨ ਅੱਗੇ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਹੈ। ਇਸ ਘਟਨਾ ਤੋਂ ਬਾਅਦ ਮ੍ਰਿਤਕ ਦੇ ਪਰਿਵਾਰ ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਅਤੇ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ। ਇਹ ਕਰਜ਼ੇ ਜਵਾਬ ਦੇਣ ਕੇ ਆਤਮ ਹੱਤਿਆ ਕਰ ਗਿਆ ਉਹਦੀ। ਕਿੰਨੇ ਬੱਚੇ ਆ ਇਹਦੇ? ਬੱਚੇ ਜੀ ਇਹਦੇ ਦੋ ਲੜਕੀਆਂ ਇੱਕ ਲੜਕਾ ਚੱਲਣ। ਕਿੰਨੀ ਪੈਲੀ ਸੀ ਜਿਹੜੀ ਇਹਨੇ ਵੇਚੀ? ਪੈਲੀ ਇਹਦੇ ਕੋਲੇ 1.5 ਕਿੱਲਾ ਸੀ, ਕਿੱਲਾ ਵਿੱਚੋਂ ਵੇਚਤੀ, 4 ਥਾਂ ਰਹਿ ਗਈ। ਕਿੰਨੇ ਦਾ ਕਰਜ਼ਾ ਸੀ? ਕਰਜ਼ਾ ਨਾ ਹੋਊਗਾ ਕੋਈ ਮੋਟਾ 5-4 ਲੱਖ ਦਾ। ਕਿਵੇਂ ਇਹਨਾਂ ਨੇ ਆਤਮ ਹੱਤਿਆ ਕੀਤੀ? ਇਹ ਜੀ ਇੱਥੋਂ ਆਇਆ ਸ਼ਹਿਰ ਪੈਸੇ ਲੈਣ ਵਾਸਤੇ। ਮੋਟਰਸਾਈਕਲ ਕਿੰਨੇ ਕਿਸ਼ਤਾਂ ਕਢਾਇਆ ਸੀ ਵੀ ਮੈਂ ਪੈਸੇ ਲਿਆਉਣਾ, ਉਹਨਾਂ ਨੇ ਪੈਸੇ ਦਿੱਤੇ ਨਹੀਂ। 300 ਰੁਪਇਆ ਦੇ ਕੇ ਮੋੜਤਾ ਅਤੇ ਉਹ 300 ਲੈ ਕੇ ਜੇ ਬਾਅਦ ਗੱਡੀ ਨਹੀਂ ਤੁਰ ਗਿਆ। ਅਤੇ ਸਾਨੂੰ ਸਟੇਸ਼ਨ ਮਾਸਟਰ ਨੇ 7-5 ਵਜੇ 'ਤੇ ਸਲਾਹ ਦਿੱਤੀ ਸੀ ਕਿ ਇੱਕ ਅਣਪਛਾਤਾ ਬੰਦਾ ਜਿਹੜਾ ਪਿਪਲੀ ਫਰੀਦਕੋਟ ਅਤੇ ਪਿਪਲੀ ਵਿਚਕਾਰ ਟ੍ਰੇਨ ਦੇ ਥੱਲੇ ਆ ਗਿਆ ਅਤੇ ਉਹਦਾ ਜਦੋਂ ਵੈਰੀਫਾਈ ਕੀਤਾ ਵੀ ਉਹ ਬੰਦਾ ਕੌਣ ਆ, ਤਾਂ ਮੌਕੇ 'ਤੇ ਸਾਡਾ ਗੁਰਮੀਤ ਸਿੰਘ ਹੌਲਦਾਰ ਗਿਆ ਸੀ। ਉਹਦਾ ਇੱਕ ਸ਼ਨਾਖਤੀ ਕਾਰਡ ਮਿਲਿਆ ਸੀ ਜਿਹੜਾ ਨਾਂ ਉਹਦਾ ਆਪਣੇ ਦਾ ਗੁਰਬਾਜ਼ ਸਿੰਘ ਸਨਬ ਸੁਰਜਨ ਸਿੰਘ, ਪਿੰਡ ਕਢਿਆਣਾ, PS ਸਦਰ ਫਰੀਦਕੋਟ ਵੱਲੋਂ ਸ਼ਨਾਖਤ ਹੋਈ ਆ। ਉਹਦੀ 174 ਦੀ ਕਾਰਵਾਈ ਕੀਤੀ ਜਾ ਰਹੀ ਆ। ਜੋ ਵੀ ਤੱਥ ਸਾਹਮਣੇ ਆਏ ਜਾਂ ਉਹਨਾਂ ਨੇ ਕੋਈ ਸ਼ੱਕ ਸ਼ੁਬਾ ਕਿਸੇ 'ਤੇ ਕੀਤਾ, ਉਹਨਾਂ ਤੋਂ ਰਿਟਰਨ 'ਚ ਲੈ ਕੇ ਉਹਦੇ ਖਿਲਾਫ਼ ਬਣਦੀ ਜਿਹੜੀ ਕਾਨੂੰਨੀ ਕਾਰਵਾਈ ਕੀਤੀ ਜਾਵੇ।